सबसक्राइब करो निडर आवाज टीवी नू ते ताजा वीडियोस पाउन लई बैल दा बटन दबाओ। प्रेस संघर्ष जर्नलिस्ट एसोसिएशन दे नवे नियुक्त प्रधान राणा बुगनू कांग्रेस पार्टी दे आगुआं ने कीता सन्मानित। बीते दिन प्रेस संघर्ष जर्नलिस्ट एसोसिएशन दे हलका खेमकरण तो नवे नियुक्त किए गए प्रधान राणा बुगनू अज हलका खेमकरण दे कांग्रेस पार्टी की टीम वालों सन्मानित किया गया। इस उपरंत गलबात करते हुए भिखीवेंड तो सीनियर कांग्रसी आगू बब्बू शर्मा ने कहा कि राणा बुग ते उन्हां दी समुची टीम वालों लोकतंत्र दे चौथे थम पत्रकारी नू हमेशा ही उच्चा चुकिया है अते उन्हां दी कलम ने बिल्कुल सच्ची अते सुची खबर दे नाल नाल लोकां नू इंसाफ भी दवाया है अते सच्चाई लोकां दे सामने जग जाहिर कीती है। उन्हां कहा कि राणे बुग दे प्रेस संघर्ष जर्नलिस्ट एसोसीएशन खेमकरण तो पत्रकार भाईचारे दे प्रधान बन नाल इलाके विच जिथे खुशी दी लहर है उत्थे ही कांग्रेस पार्टी भी पत्रकार भाईचारे दा सन्मान करदी है जिसनू लैके राणा बुग नू अज उन्हां दे ग्रह भिखीवेंड विखे पहुंच के सन्मानित करदे होए उन्हां नू विश्वास दवाया कि कांग्रेस पार्टी हमेशा ही पत्रकार भाईचारे दे नाल है अते आउण वाले समें विच वी उन्हां दे नाल रहेगी। इस उपरंत प्रेस संघर्ष जर्नलिस्ट एसोसीएशन दे नव नियुक्त प्रधान राणा बुग ने कांग्रेस पार्टी की समुची टीम का तह दिलों धन्नवाद किया अते कहा कि जो मान सन्मान कांग्रेस पार्टी के आगुआ ने उन्हां नू दिता है ਉਹ ਉਸ ਨੂੰ ਕਦੇ ਨਹੀਂ ਭੁੱਲਣਗੇ ਅਤੇ ਉਹਨਾਂ ਕਿਹਾ ਕਿ ਉਹ ਪੱਤਰਕਾਰ ਭਾਈਚਾਰੇ ਦੇ ਨਾਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਤੇ ਦਿਨ ਰਾਤ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹਨ। ਮੇਰਾ ਨਾਮ ਬੱਬੂ ਸ਼ਰਮਾ ਜੀ, ਮੈਂ ਬਲਾਕ ਪ੍ਰਧਾਨ ਕਾਂਗਰਸ ਕਮੇਟੀ। ਅੱਜ ਹੀ ਇਹਦਾ ਰਾਣਾ ਬੁੱਗ ਜੀ ਨੂੰ ਬਣਾਇਆ ਸਨਮਾਨਿਤ ਕੀਤਾ ਗਿਆ, ਕਿਸ ਕਾਰਨ? ਇਹਨਾਂ ਨੂੰ ਪ੍ਰੈਸ ਯੂਨੀਅਨ ਦਾ ਜਿਹੜਾ ਖੇਮਕਰਨ ਹਲਕੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਦੇ ਸੰਬੰਧ ਵਿੱਚ ਜਿਹੜੇ ਅੱਜ ਸਾਰੇ ਇੱਥੇ ਸਾਡੇ ਸਰਪੰਚ ਸਾਹਿਬਾਨ ਹੋਰ ਵੀ ਜਿਹੜੇ ਪਤਵੰਤੇ ਸੱਜਣ ਮੋਹਤਬਰ ਵੀਰ ਜਿਸ ਤਰ੍ਹਾਂ ਯਾਦਵਿੰਦਰ ਸਿੱਧੂ ਜੀ ਭਿੱਖੀਵਿੰਡ ਤੋਂ ਯੂਥ ਆਗੂ ਨੇ ਸਾਡੇ ਰਿੰਕੂ ਕੰਸੀ ਜੀ ਸ਼ਹਿਰੀ ਵਾਈਸ ਪ੍ਰਧਾਨ ਲਾਡੀ ਜੀ ਸਾਡੇ ਸਰਪੰਚ ਸਾਹਿਬ ਗੁਰਮੁਖ ਸਿੰਘ ਸ਼ਾਨਪੁਰਾ ਜੀ ਸਰਪੰਚ ਬਲਜੀਤ ਸਿੰਘ ਜੀ ਮੱਲੀ ਹਰਭਜਨ ਸਿੰਘ ਪਰਦੇਸੀ ਸਰਜੀਤ ਸਿੰਘ ਚੇਲਾ ਜੀ ਸਾਡਾ ਜਿੰਦਾ ਸਰਪੰਚ ਪਿੰਡ ਸ਼ਾਨਪੁਰਾ ਤੋਂ ਅਤੇ ਜੱਗਾ ਜੀ ਗੁਰਜੀਤ ਘੁਰਕਵੰਡੀਆ ਅਤੇ ਹੋਰ ਵੀ ਜਿੰਨੇ ਇੱਥੇ ਮੇਰੇ ਵੀਰ ਜਿਨ੍ਹਾਂ ਦਾ ਮੈਨੂੰ ਨਾਂ ਨਹੀਂ ਜਾਣਦਾ ਸਾਰਿਆਂ ਦਾ ਇੱਥੇ ਆਇਆ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਜਿਹੜੀ ਇਸ ਖੁਸ਼ੀ ਦੇ ਵਿੱਚ ਸ਼ਾਮਿਲ ਹੁੰਦਿਆਂ ਜਿਹੜਾ ਰਾਣਾ ਜੀ ਨੂੰ ਸਨਮਾਨਿਤ ਕੀਤਾ ਅਤੇ ਕਿਉਂਕਿ ਇੱਕ ਚੰਗੇ ਕੰਮ ਕਰਨਾ ਜਦੋਂ ਕਿਸੇ ਨੂੰ ਕਿਸੇ ਅਹੁਦੇ ਨਾਲ ਨਿਵਾਜਿਆ ਜਾਂਦਾ ਹੈ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ ਵੀ ਜਿਹੜਾ ਕੋਈ ਚੰਗਾ ਇਨਸਾਨ ਚੰਗੇ ਕੰਮ ਕਰੇ ਤਾਂ ਹੀ ਉਹਨੂੰ ਜਿਹੜਾ ਇਹੋ ਜਿਹੇ ਅਹੁਦੇਦਾਰੀਆਂ ਮਿਲਦੀਆਂ ਮਾਣ ਸਨਮਾਨ ਮਿਲਦਾ ਜਿਸ ਤਰ੍ਹਾਂ ਕਿ ਅੱਜ ਰਾਣਾ ਬੁੱਗ ਜੀ ਨੂੰ ਇਹ ਬੜਾ ਵੱਡਾ ਮਾਣ ਸਨਮਾਨ ਮਿਲਿਆ ਜਿਹੜਾ ਪੂਰੀ ਜਿਹੜੀ ਪ੍ਰੈਸ ਦਾ ਜਿਹੜਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਸੀਂ ਵਧਾਈ ਦਿੰਦੇ ਰਾਣਾ ਜੀ ਨੂੰ ਇਸੇ ਤਰ੍ਹਾਂ ਜਿੱਦਾਂ ਕੋਈ ਚੰਗੇ ਕੰਮ ਪ੍ਰੈਸ ਦੇ ਵਿੱਚ ਕਰਨ ਤਾਂ ਜੋ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਜਿਹੜਾ ਕਿਸੇ ਵੀ ਚਾਹੇ ਉਹ ਪਾਰਟੀ ਦੀ ਗੱਲ ਕਰ ਲਈਏ ਚਾਹੇ ਕੋਈ ਸੋਸ਼ਲ ਕੰਮ ਕਰ ਲਈਏ ਸਭ ਤੋਂ ਜਿਹੜਾ ਜ਼ਿਆਦਾ ਵੱਡਾ ਯੋਗਦਾਨ ਉਹ ਪ੍ਰੈਸ ਦਾ ਹੁੰਦਾ ਹੈ ਇਸ ਕਰਕੇ ਇਹਨਾਂ ਬਹੁਤ ਵਧੀਆ ਜਿਹੜਾ ਯੋਗਦਾਨ ਪਹਿਲਾਂ ਵੀ ਨਿਭਾਇਆ ਅਤੇ ਇਸੇ ਤਰ੍ਹਾਂ ਨਿਭਾਉਂਦੇ ਰਹਿਣਗੇ ਇੰਨੀਆਂ ਗੱਲਾਂ ਕਹਿੰਦਾ ਮੈਂ ਖਿਮਾ ਦਾ ਜਾ ਸੀਗਾ ਮਹਿਗੁਰ ਜੀ ਦਾ ਖਾਲਸਾ ਜੀ ਆਪਣੇ ਮੇਰਾ ਨਾਮ ਯਾਦਵਿੰਦਰ ਸਿੰਘ ਸਿੱਧੂ ਜੀ ਮੈਂ ਯੂਥ ਕਾਂਗਰਸ ਭਿੱਖੀਵਿੰਡ ਤੋਂ ਮੇਰੇ ਸਾਰੇ ਭਰਾ ਨੇ ਚਾਚਾ ਜੀ ਮੇਰੇ ਭਰਾ ਵਰਗੇ ਨੇ ਅਤੇ ਪੱਤਰਕਾਰੀ ਇੱਕ ਥੰਮ ਹੁੰਦਾ ਵਾ ਜੀ ਤੀਜਾ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਜੋ ਸੱਚ ਆ ਪੱਤਰਕਾਰੀ ਅੱਗੇ ਲੈ ਕੇ ਆਉਂਦੀ ਹੈ ਅਤੇ ਇਹ ਸਾਡੀ ਸਾਰਿਆਂ ਦੀ ਭਰਾਵਾਂ ਦੀ ਚਾਚੇ ਗੁਰਮੁਖ ਸਿੰਘ ਸਾਨਪੁਰਾ ਜੀ ਸ਼ਰਮਾ ਜੀ ਉਹ ਸਾਰੇ ਪਤਵੰਤੇ ਸੱਜਣ ਪਹੁੰਚੇ ਆ ਜੀ ਮੈਂ ਬਹੁਤ ਧੰਨਵਾਦ ਕਰਦਾ ਸਾਨੂੰ ਖੁਸ਼ੀ ਦੀ ਲਹਿਰ ਆ ਬਹੁਤ ਖੁਸ਼ੀ ਹੋਈ ਵੀ ਸਾਡੇ ਰਾਣਾ ਬੁੱਗ ਜੀ ਪੱਤਰਕਾਰੀ ਦੇ ਪ੍ਰਧਾਨ ਬਣੇ ਨੇ ਹਲਕਾ ਖੇਮਕਰਨ ਤੋਂ ਅਤੇ ਅਸੀਂ ਇਹਨਾਂ ਨੂੰ ਸਨਮਾਨਿਤ ਕੀਤਾ ਕਾਂਗਰਸ ਪਾਰਟੀ ਵੱਲੋਂ ਅਤੇ ਇੱਦਾਂ ਹੀ ਸਾਨੂੰ ਇਹ ਮਾਣ ਸਨਮਾਨ ਇਹ ਵੀ ਦਿੰਦੇ ਰਹਿੰਦੇ ਅਸੀਂ ਵੀ ਇਹਨਾਂ ਨੂੰ ਮਾਣ ਸਨਮਾਨ ਦਿੰਦੇ ਰਹਾਂਗੇ ਅਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਅਤੇ ਮਹਾਰਾਜ ਕਰੇ ਤਰੱਕੀਆਂ ਦੇਣ ਦੁੱਗਣੀ ਰਾਤ ਚੁੱਗਣੀ ਰਾਣਾ ਬੁੱਗ ਜੀ ਤਰੱਕੀਆਂ ਕਰਨ ਅਤੇ ਆਉਣ ਵਾਲੇ ਹਲਕੇ ਤੋਂ ਛੱਡ ਕੇ ਜ਼ਿਲ੍ਹੇ ਨੂੰ ਛੱਡ ਕੇ ਪੰਜਾਬ ਨੂੰ ਪੰਜਾਬ ਪ੍ਰਧਾਨ ਬਣਨ ਮਹਾਰਾਜ ਕਰੇ ਇਹਨਾਂ ਨੂੰ ਤਰੱਕੀਆਂ ਦੇਣ। ਮੈਂ ਗੁਰਮੁਖ ਸਿੰਘ ਸਾਨਪੁਰਾ ਪਿੰਡ ਸਾਨਪੁਰੇ ਤੋਂ ਸਰਪੰਚ ਹਾਂ ਮੈਂ ਡਿਸਟ੍ਰਿਕਟ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਹਾਂ। ਲੋਕਤੰਤਰ ਦਾ ਚੌਥਾ ਥੰਮ ਪ੍ਰੈਸ ਹੁੰਦੀ ਹੈ ਜੇਕਰ ਉਹ ਸੱਚੀ ਸੁੱਚੀ ਖਬਰ ਲਾਉਂਦੀ ਹੈ ਉਹਨਾਂ ਦੇ ਅੱਜ ਮੇਰਾ ਵੀਰ ਰਾਣਾ ਬੁੱਗ ਜੀ ਇਹਨਾਂ ਨਾਲ ਸਾਡਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਪਿਆਰ ਆ ਪ੍ਰਧਾਨ ਬਣੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ
बाकी मैं वीर नूं बेनती करूंगा कि हमेशा सच्ची ते सुची खबर लाउणी चाहीदी है। जिहड़ी सही खबर लाओगे तुहाडा भी वधिया भविख बनूगा। जिहड़ा किसे प्रति भी आपां खबर लाउंदे आ, जे कोई चंगा काम करदा उहदी चंगी खबर लाउणी चाहीदी है, जे कोई गलत करदा उहदा ते गलत लाउणा ही चाहीदा, ठीक है। बाकी सच्ची सुची हमेशा खबर लाउणी चाहीदी है। कई पत्रकार वेख्या वा कि किसे कारण करके मैं नजायज खबर के दी चला देनी, वो किसी का भविख खराब करने वाली गल हुंदी है। हमेशा ही उन्हें घोख के वेखो कि वाकया सही है, मतलब इस गल ते खरा उतरूगा जां उतरन दिया वा, फिर उहदी खबर लाउणी चाहीदी है। बाकी मैं वीर नूं बेनती इहो करूंगा, हमेशा ही सच ते पहरा दिओ। वाहिगुरू खालसा वाहिगुरू की फतेह। हां जी प्रधान जी, अज जिहड़ा तुहानूं सन्मानित कीता गया कांग्रेस पार्टी वल्लों, की कहना चाहुंदे? मैं बड़ा खुश नसीब हाँ जी, इन्ना मान सम्मान मैनू कांग्रेस पार्टी वालों, मेरे कुछ दोस्त होर भी जिहड़े आए ने इत्थे, उन्होंने पहला तो मैं जी आया आखदा हाँ। तो इन्हों का मैं दिलों धन्नवादी हाँ कि इन्होंने इन्ना मान सम्मान बख्शा। जो सरपंच साहब होना ने गल कही बिल्कुल सही है जी, आपां सारयां नाल रल मिल के समूह प्रेस में मेरी यही अपील आ कि हमेशा सच्ची ते सुची खबर ही लाई जाए। कदे भी किसी छोटी मोटी गल पिछे अपनी खबर, कई बार छोटी जी गल पिछे किसी का नुकसान कर सकती है। धन्यवाद। सबसक्राइब करो लीडर आवाज टीवी नूं ते ताज़ा वीडियोज़ पाउण लई बैल दा बटन दबाओ।